ਹੈਲੋ ਐਵਰੀਵਨ। ਸੋ ਬਹੁਤ ਸਾਰੇ ਸਟੂਡੈਂਟ ਦੀ ਡਿਮਾਂਡ ਸੀਗੀ ਕਿ ਸਾਨੂੰ ਪ੍ਰੀਵੀਅਸ ਈਅਰ ਕੁਸ਼ਚਨਸ ਜਿਹੜੇ ਹੈ ਪ੍ਰੋਵਾਈਡ ਕੀਤੇ ਜਾਣ। ਸੋ ਸੰਧੀਰ ਇੰਸਟੀਟਿਊਟ ਸਟੱਡੀ ਸਲਿਊਸ਼ਨ ਪਟਿਆਲਾ ਤੁਹਾਡੇ ਲਈ ਇਸਦਾ ਵੀ ਸਲਿਊਸ਼ਨ ਲੈ ਕੇ ਆਇਆ ਹੈ, ਜਿਸਦੇ ਵਿੱਚ ਤੁਹਾਨੂੰ ਕੰਬਾਈਂਡ PDF ਸਾਰੇ ਸਬਜੈਕਟਾਂ ਦੀ ਪ੍ਰੀਵੀਅਸ ਈਅਰ ਕੁਸ਼ਚਨਸ ਦੀ ਜਿਹੜੀ ਹੈ ਮਿਲ ਜਾਏਗੀ, ਜਿਸਦੇ ਵਿੱਚ 2024, 2023, 2022, 2021 ਪਲੱਸ ਇਸ ਤੋਂ ਪਹਿਲਾਂ ਜੇ ਕੋਈ ਕੁਸ਼ਚਨਸ ਬਹੁਤ ਹੀ ਇੰਪੋਰਟੈਂਟ ਹੈ ਅਤੇ ਰਿਪੀਟ ਵੀ ਹੋ ਰੱਖੇ ਨੇ, ਉਹ ਸਾਰੇ ਕੁਸ਼ਚਨਸ ਤੁਹਾਨੂੰ ਇਹਨਾਂ ਦੇ ਵਿੱਚ ਮਿਲ ਜਾਣਗੇ। ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਐਪ ਦਾ ਲਿੰਕ ਵੀ ਮਿਲ ਜਾਏਗਾ, ਐਪ ਨੂੰ ਡਾਊਨਲੋਡ ਕਰੋ। ਦੇਖੋ ਜੀ, ਬਹੁਤ ਹੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਜਿਹੜਾ ਹੈ ਤੁਹਾਨੂੰ ਇਹ ਕੋਰਸ ਮਿਲ ਜਾਏਗਾ। ਸਿਰਫ ਔਰ ਸਿਰਫ 111 ਰੁਪਏ ਦੇ ਵਿੱਚ ਤੁਸੀਂ ਪ੍ਰੀਵੀਅਸ ਈਅਰ ਕੁਸ਼ਚਨਸ ਜਿਹੜੇ ਹੈ ਇਹਨਾਂ ਨੂੰ ਅਵੇਲ ਕਰ ਸਕਦੇ ਹੋ, ਸਿਰਫ ਔਰ ਸਿਰਫ 111 ਰੁਪਏ ਦੇ ਵਿੱਚ। ਔਰ ਇਸ ਦੇ ਨਾਲ ਤੁਸੀਂ ਹੋਰ ਵੀ ਕੋਰਸਿਸ ਜਿਹੜੇ ਹੈਗੇ ਉਸਨੂੰ ਵਿਜ਼ਿਟ ਕਰ ਸਕਦੇ ਹੋ, ਡੈਮੋ ਲੈਕਚਰਸ ਅਵੇਲੇਬਲ ਹੋਣਗੇ, ਤੁਸੀਂ ਇੱਕ ਵਾਰ ਜਾ ਕੇ ਐਪ 'ਤੇ ਚੈੱਕ ਕਰ ਸਕਦੇ ਹੋ। ਚਲੋ ਜੀ, ਸੋ ਸਟਾਰਟ ਕਰਦੇ ਹਾਂ। ਬਾਕੀ ਕੋਈ ਹੋਰ ਕੁਐਰੀ ਹੋਏ ਤਾਂ ਤੁਸੀਂ ਇਸ ਨੰਬਰ 'ਤੇ ਕਾਲ ਵੀ ਕਰ ਸਕਦੇ ਹੋ। ਕੋਈ ਵੀ ਕੁਐਰੀ, ਕੁਛ ਵੀ ਪੁੱਛਣਾ ਹੋਏ ਐਪ ਰਿਲੇਟਿਡ, ਤੁਸੀਂ ਇਸ ਨੰਬਰ 'ਤੇ ਧਰੁਵ ਸਰ ਨਾਲ ਕਾਲ ਕਰ ਸਕਦੇ ਹੋ। ਬਾਕੀ ਕੋਈ ਵੀ ਕੁਐਰੀ ਹੋਏ ਤੁਸੀਂ ਪੁੱਛ ਸਕਦੇ ਹੋ। ਚਲੋ ਜੀ, ਸੋ ਸਟਾਰਟ ਕਰਦੇ ਹਾਂ ਆਪਣੇ MCQs ਤੋਂ। ਦੇਖੋ ਜੀ, ਸੋ ਫਸਟ ਕੁਐਸਚਨ ਕੀ ਹੈ ਕਿ ਵਿੱਚ ਆਫ ਦਾ ਫੋਲੋਇੰਗ ਸੈਂਚਰੀਜ਼ ਬਾਬਾ ਫਰੀਦ ਵਾਜ਼ ਬੋਰਨ। ਦੇਖੋ ਹੁਣ ਇਹਦੇ ਵਿੱਚ ਕੀ ਹੁੰਦਾ, ਕਈ ਵਾਰ ਈਅਰ ਨਹੀਂ ਪਤਾ ਹੁੰਦਾ, ਪਤਾ ਨਹੀਂ ਲੱਗਦਾ ਕਿ ਸੈਂਚਰੀ ਵਾਲਾ ਸਿਸਟਮ ਕੀ ਹੈ, ਤਾਂ ਇਸਦਾ ਤਾਂ ਕਰੈਕਟ ਆਨਸਰ ਹੈਗਾ 12ਵੀਂ ਸੈਂਚਰੀ। ਜੇ ਹੁਣ ਆਪਾਂ ਗੱਲ ਕਰੀਏ ਕਿ 2024 ਚੱਲ ਰਿਹਾ, ਠੀਕ ਹੈ ਜੀ, ਇੱਕ ਸਟੈਪ ਅੱਗੇ ਚੱਲਦੀ ਹੈ ਸੈਂਚਰੀ, ਠੀਕ ਹੈ, ਇੱਦਾਂ ਤੁਸੀਂ ਇਸਨੂੰ ਯਾਦ ਰੱਖ ਸਕਦੇ ਹੋ। 2024 ਚੱਲ ਰਿਹਾ ਤਾਂ ਇਸਦਾ ਮਤਲਬ ਕੀ ਹੋ ਗਿਆ, 21ਵੀਂ ਸੈਂਚਰੀ ਆਪਣੀ ਚੱਲ ਰਹੀ ਹੈ, ਠੀਕ ਹੈ ਜੀ। ਚਲੋ ਹੁਣ ਅੱਗੇ ਗੱਲ ਕਰਦੇ ਹਾਂ, ਅਗਲਾ ਕੁਐਸਚਨ ਕੀ ਹੈ, ਇਨ ਵਿੱਚ ਆਫ ਦਾ ਫੋਲੋਇੰਗ ਈਅਰ ਬੈਟਲ ਆਫ ਪੰਗਾਨੀ ਵਾਜ਼ ਫੋਟ। ਹੁਣ ਬੱਚਿਆਂ ਨੂੰ ਕੀ ਦਿੱਕਤ ਹੈ ਕਿ ਅਸੀਂ ਤਾਂ 1688 ਪੜ੍ਹਿਆ ਸੀ। ਦੇਖੋ ਜੀ, 1686 ਦੇ ਵਿੱਚ ਸਟਾਰਟ ਹੋਈ ਸੀ, 1688 ਦੇ ਵਿੱਚ ਜਿਹੜੀ ਹੈ ਉਹ ਕੰਪਲੀਟ ਹੋਈ ਸੀ, ਠੀਕ ਹੈ ਜੀ। ਇਹ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਈਅਰ ਜਿਹੜਾ ਹੈਗਾ ਮੈਨਸ਼ਨ ਹੋਏਗਾ ਉਸਦੇ ਵਿੱਚ, ਸੋ 1686 ਮੈਨਸ਼ਨ ਹੈ ਤਾਂ ਇਸਨੂੰ ਟਿੱਕ ਕਰਾਂਗੇ, ਇਹਦੀ ਜਗ੍ਹਾ 'ਤੇ 1688 ਹੁੰਦਾ ਤਾਂ ਉਸਨੂੰ ਟਿੱਕ ਕਰਦੇ, ਠੀਕ ਹੈ ਜੀ। ਚਲੋ ਅੱਗੇ ਚੱਲਦੇ ਆਪਾਂ। ਲਓ ਜੀ, ਅੱਛਾ ਕੁਐਸਚਨ ਹੈ। ਦੇਖੋ ਤੁਹਾਨੂੰ ਵਿੱਚੋਂ ਦੇ ਕੁਛ ਐਕਸਟਰਾ ਜਿਹੇ ਵੀ ਕੁਐਸਚਨ ਮਿਲਣਗੇ, ਮਤਲਬ ਕਿ ਸੁਣੇ ਵੀ ਨਹੀਂ ਹੋਏ ਅਤੇ ਇਹ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ, ਇਸ ਕਰਕੇ ਹੀ ਕਹਿੰਦੇ ਨੇ ਕਿ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਹੈ ਪੜ੍ਹਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਆ। ਲਓ ਜੀ, ਤਾਂ ਅਗਲਾ ਕੁਐਸਚਨ ਕੀ ਕਹਿੰਦਾ, ਇਨ ਵਿੱਚ ਆਫ ਦਾ ਫੋਲੋਇੰਗ ਪੰਜਾਬ ਸਿਟੀ ਸਰਦਾਰ ਭਗਤ ਸਿੰਘ ਮਿਊਜ਼ੀਅਮ ਇਜ਼ ਸਿਚੁਏਟਿਡ। ਸੋ ਭਗਤ ਸਿੰਘ ਮਿਊਜ਼ੀਅਮ ਕਿੱਥੇ ਹੈ ਜੀ, ਅਤੇ ਯਾਦ ਰੱਖਣਾ ਖਟਕੜ ਕਲਾਂ ਦੇ ਵਿੱਚ ਹੈ, ਠੀਕ ਹੈ। ਚਲੋ ਅਗਲਾ ਕੁਐਸਚਨ ਈਜ਼ੀ ਹੈ, ਰਿਪੀਟ ਹੁੰਦਾ ਰਹਿੰਦਾ, ਠੀਕ ਹੈ। ਤਾਂ ਹੂ ਰੋਟ ਦਾ ਨੋਵਲ ਦਿੱਲੀ ਕੀ ਗਲੀਆਂ, ਕਿਸਦੀ ਹੈ ਦਿੱਲੀ ਕੀ ਗਲੀਆਂ, ਅਤੇ ਅੰਮ੍ਰਿਤਾ ਪ੍ਰੀਤਮ, ਠੀਕ ਹੈ ਜੀ। ਚਲੋ ਅਗਲਾ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ, ਹੂ ਵਾਜ਼ ਦਾ ਫਾਊਂਡਰ ਆਫ ਇੰਡੀਪੈਂਡੈਂਟ ਸਿੱਖ ਸਟੇਟ। ਦੇਖੋ ਇਸਦਾ ਜਿਹੜਾ ਕਰੈਕਟ ਆਨਸਰ ਹੈ ਮਹਾਰਾਜਾ ਰਣਜੀਤ ਸਿੰਘ। ਹੁਣ ਇੱਥੇ ਆਪਸ਼ਨਸ ਈਜ਼ੀ ਸੀ, ਇਸ ਕਰਕੇ ਆਪਾਂ ਗੈਸ ਕਰ ਪਾਏ। ਕਈ ਵਾਰ ਕੀ ਹੁੰਦਾ ਹੈ ਕਿ ਆਪਸ਼ਨਸ ਨੂੰ ਡਿਫੀਕਲਟ ਬਣਾ ਦਿੰਦੇ ਨੇ, ਠੀਕ ਹੈ। ਸੋ ਇੱਦਾਂ ਦੇ ਕੁਐਸਚਨ ਇੰਪੋਰਟੈਂਟ ਹੋ ਜਾਂਦੇ, ਧਿਆਨ ਦੇ ਨਾਲ ਇਹਨਾਂ ਕੁਐਸਚਨਸ ਨੂੰ ਕਰਿਓ। ਅੱਗੇ ਚੱਲਦੇ ਹਾਂ ਆਪਾਂ, ਅਗਲਾ ਕੁਐਸਚਨ ਕੀ ਕਹਿੰਦਾ, ਅਰੇਂਜ ਸਕਸੈਸਰਸ ਆਫ ਮਹਾਰਾਜਾ ਰਣਜੀਤ ਸਿੰਘ ਇਨ
ਕਰੋਨੋਲੋਜੀਕਲ ਆਰਡਰ ਤੁਸੀਂ ਲੈਵਲ ਦੇਖ ਰਹੇ ਹੋ, ਇਹ 2024 ਵਾਲੇ ਪੇਪਰਾਂ ਦਾ, 23-24 ਵਾਲੇ ਪੇਪਰਾਂ ਦਾ। ਅਗਰ ਤੁਸੀਂ 2021 ਤੋਂ ਪਹਿਲਾਂ ਦੇ ਪੇਪਰ ਦੇਖੋ, ਬੜੇ ਈਜ਼ੀ ਲੈਵਲ ਸੀ, ਹੁਣ ਲੈਵਲ ਵੱਧ ਚੁੱਕਿਆ। ਹੁਣ ਇਹ ਨਹੀਂ ਪੁੱਛਦੇ ਕਿ ਹਾਂ ਰਾਜਾ ਮਹਾਰਾਜਾ ਕੌਣ ਸੀਗੇ ਕੌਣ, ਹੈ ਨਾ। ਅਤੇ ਹੁਣ ਲੈਵਲ ਕੀ ਕਹਿ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਜਿਹੜਾ ਸਟਰਗਲ ਚੱਲਿਆ ਸੀ ਨਾ, ਤਾਂ ਉਹਨਾਂ ਦੇ ਵਿੱਚੋਂ ਪਹਿਲਾਂ ਕੌਣ ਆਇਆ ਸੀ, ਦੂਜਾ ਕੌਣ ਆਇਆ ਸੀ, ਤੀਜਾ ਕੌਣ ਅਤੇ ਚੌਥਾ ਕੌਣ। ਚਲੋ ਜੀ ਆਂਸਰ ਦੇਖਦੇ ਹਾਂ। ਤਾਂ ਕਰੈਕਟ ਆਂਸਰ ਇਜ਼ ਆਪਸ਼ਨ ਡੀ, 1, 4, 2, 3। ਲਓ ਦੇਖੀਏ ਫਿਰ। ਤਾਂ ਕੁਸ਼ਚਨ, ਸਭ ਤੋਂ ਪਹਿਲਾਂ ਕੌਣ ਆਏ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਤਾਂ ਮਹਾਰਾਜਾ ਖੜਕ ਸਿੰਘ ਜੀ, ਠੀਕ ਹੈ। ਫਿਰ ਉਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਜੀ ਤੋਂ ਬਾਅਦ ਕੌਣ ਆਉਂਦੇ ਨੇ, ਨੌ ਨਿਹਾਲ ਸਿੰਘ ਜੀ, ਠੀਕ ਹੈ। ਫਿਰ ਆਉਂਦੇ ਨੇ ਸ਼ੇਰ ਸਿੰਘ ਜੀ। ਫਿਰ ਐਂਡ 'ਤੇ ਜਿਹੜੇ ਆਉਂਦੇ ਨੇ ਮਹਾਰਾਜਾ ਦਲੀਪ ਸਿੰਘ ਜੀ। ਇਸ ਤੋਂ ਬਾਅਦ ਜਿਹੜਾ ਆਪਣਾ ਪੰਜਾਬ ਹੈ ਬ੍ਰਿਟਿਸ਼ਰਸ ਦੇ ਹੱਥ ਆ ਜਾਂਦਾ। ਚਲੋ ਜੀ ਦੇਖੋ, ਕੁਸ਼ਚਨ ਦਾ ਜਿਹੜਾ ਹੈ ਹੁਣ ਲੈਵਲ ਵੱਧ ਰਿਹਾ। ਦੇਖੋ ਡੇਟਸ ਵੀ ਆ ਰਹੀਆਂ ਨੇ। ਤਾਂ ਵੈਨ ਵਾਜ਼ ਦ ਬੈਟਲ ਆਫ ਸਬਰਾਉਂ ਫੋਟ? ਲਓ ਜੀ ਦੱਸੋ ਫਿਰ ਕਦੋਂ ਹੋਈ ਸੀਗੀ ਇਹ ਬੈਟਲ ਆਫ ਸਬਰਾਉਂ? ਤਾਂ ਇਹ ਜਿਹੜੀ ਹੈ ਬੈਟਲ ਹੁੰਦੀ ਹੈ 21 ਜਨਵਰੀ 1846 ਦੇ ਵਿੱਚ। ਚਲੋ ਅਗਲਾ ਕੁਸ਼ਚਨ ਕੀ ਕਹਿ ਰਿਹਾ, ਇਨ ਵਿੱਚ ਈਅਰ 66 ਕੁਕਾਸ ਵਰ ਕੈਨੋਬਲਡ ਬਾਏ ਦ ਬ੍ਰਿਟਿਸ਼ਰ? ਤੋਪ ਦੇ ਅੱਗੇ ਰੱਖ ਕੇ ਉਡਾ ਦਿੱਤਾ ਗਿਆ, ਕਿਹੜੇ ਈਅਰ ਦੇ ਵਿੱਚ? ਅਤੇ ਯਾਦ ਰੱਖਣਾ 1872 ਦੇ ਵਿੱਚ। ਚਲੋ ਜੀ ਅਗਲਾ ਕੁਸ਼ਚਨ ਹੈ, ਹੂ ਇਜ਼ ਨੋਨ ਐਜ਼ ਗਦਰ ਦੀ ਧੀ? ਤਾਂ ਗਦਰ ਦੀ ਧੀ ਕਿਹਨਾਂ ਨੂੰ ਕਿਹਾ ਜਾਂਦਾ ਹੈ? ਅਤੇ ਯਾਦ ਰੱਖਿਓ ਗੁਲਾਬ ਕੌਰ ਨੂੰ ਕਿਹਾ ਜਾਂਦਾ। ਲਓ ਇਹਦੇ ਨਾਲ ਤਾਂ ਸਾਰੇ ਰੂਬਰੂ ਹੋਣਗੇ ਵਾਲੇ ਕੁਸ਼ਚਨ ਨਾਲ, ਹੈ ਨਾ, ਇਹ ਈਜ਼ੀ ਆ ਗਿਆ। ਚਲੋ ਜੀ ਤਾਂ ਮਿਕਸ ਕੁਸ਼ਚਨ ਹੋਣਗੇ, ਈਜ਼ੀ ਵੀ, ਰਿਪੀਟਿਡ ਵੀ, ਅਤੇ ਜਿਹੜੇ ਨਵੇਂ ਨਵੇਂ ਕੁਸ਼ਚਨ ਆਏ ਹੋਏ ਆ ਡਿਫੀਕਲਟ ਲੈਵਲ ਵਾਲੇ, ਸਾਰੇ ਹੀ ਕੁਸ਼ਚਨਸ ਇਹਨਾਂ ਦੇ ਵਿੱਚ ਤੁਹਾਨੂੰ ਮਿਲਣਗੇ। ਚਲੋ ਜੀ ਤਾਂ ਵਾਈ ਆਈ ਐਮ ਐਨ ਅਥੀਸਟ ਕਿਸਦੀ ਹੈ ਇਹ ਬੁੱਕ? ਅਤੇ ਯਾਦ ਰੱਖਿਓ ਇਹ ਹੈ ਭਗਤ ਸਿੰਘ ਜੀ ਦੀ। ਲਓ ਅਗਲਾ ਕੁਸ਼ਚਨ ਆ ਗਿਆ, ਵਿੱਚ ਆਫ ਦ ਫੋਲੋਇੰਗ ਟ੍ਰੈਡੀਸ਼ਨਲ ਸੌਂਗ ਆਫ ਪੰਜਾਬ ਇਜ਼ ਨੋਟ ਰਿਲੇਟਿਡ? ਜਿੱਥੇ ਨੋਟ ਆ ਜਾਏ ਨਾ ਅਤੇ ਉੱਥੇ ਰੁਕ ਜਾਓ, ਠੀਕ ਹੈ। ਜਿੱਥੇ ਨੋਟ ਆ ਜਾਏ ਅਤੇ ਉੱਥੇ ਰੁਕ ਜਾਓ, ਕਾਹਲੀ ਕਾਹਲੀ ਦੇ ਵਿੱਚ ਗਲਤ ਆਂਸਰ ਨਹੀਂ ਲਗਾਉਣਾ। ਨੋਟ ਆਇਆ ਰੁਕ ਜਾਓ, ਸੋਚੋ ਵੀ ਹਾਂ ਨੋਟ। ਸੁਹਾਗ ਹੈਗੇ ਨੇ, ਘੋੜੀਆਂ ਹੈਗੀਆਂ, ਸਿੱਠਣੀਆਂ ਹੈਗੀਆਂ, ਅਲਾਣੀਆਂ ਜਿਹੜਾ ਹੈ ਨਹੀਂ ਹੈਗਾ। ਸੋ ਇਸਦਾ ਆਂਸਰ ਕੀ ਹੋਏਗਾ? ਅਲਾਣੀਆਂ। ਲਓ ਜੀ ਅਗਲਾ ਕੁਸ਼ਚਨ ਆਇਆ, ਅੱਛੇ ਲੈਵਲ ਵਾਲਾ, ਘਬਰਾਉਣਾ ਨਹੀਂ। ਚਲੋ ਦੇਖੋ ਧਿਆਨ ਨਾਲ ਪੜ੍ਹੋ, ਹੋ ਜਾਏਗਾ ਬੜੇ ਆਰਾਮ ਨਾਲ। ਦ ਫੋਲੋਇੰਗ ਹੈਵ ਸਰਵਡ ਐਜ਼ ਅ ਚੀਫ ਮਿਨਿਸਟਰ ਆਫ ਸਟੇਟ? ਜਦੋਂ ਐਗਜ਼ਾਮ ਦੇ ਵਿੱਚ ਪ੍ਰੈਸ਼ਰ ਹੁੰਦਾ ਨਾ, ਇੱਕੋ ਦਮ ਦੇਖਦੇ ਆ ਇਹ ਵਾਲੀ ਆਪਸ਼ਨ ਆ ਕਰੋਨੋਲੋਜੀਕਲ ਆਰਡਰ, ਨਹੀਂ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਨਹੀਂ ਲਾ ਸਕਦਾ। ਨਹੀਂ ਇੱਦਾਂ ਨਹੀਂ ਸੋਚਣਾ, ਸੰਦੀਰ ਇੰਸਟੀਟਿਊਟ ਵਾਲਿਆਂ ਦੇ ਸਟੂਡੈਂਟ ਹੋ, ਬਿਲਕੁਲ ਸ਼ਾਂਤ ਰਹਿ ਕੇ ਸੋਚਣਾ ਕਿ ਹਾਂ ਇਹਨੂੰ ਆਪਾਂ ਕਰ ਕਿਵੇਂ ਸਕਦੇ ਹਾਂ। ਬਹੁਤ ਹੀ ਈਜ਼ੀ ਹੈ, ਵੈਸੇ ਦੇਖਣ 'ਚ ਡਿਫੀਕਲਟ ਲੱਗ ਰਿਹਾ, ਬੜਾ ਈਜ਼ੀ ਹੈ। ਦੇਖੋ ਤਾਂ ਕਹਿੰਦੇ ਕਿ ਇੰਡੀਪੈਂਡੈਂਸ ਤੋਂ ਬਾਅਦ ਇਹਨਾਂ ਨੂੰ ਕਰੋਨੋਲੋਜੀਕਲ ਆਰਡਰ ਦੇ ਵਿੱਚ ਰੱਖੋ। ਆਪਾਂ ਇਹ ਚੀਜ਼ ਤਾਂ ਪੜ੍ਹੀ ਹੋਈ ਹੈ ਨਾ, ਗੋਪੀ ਚੰਦ ਭਾਰਗਵ ਸੀਗੇ ਪਹਿਲੇ, ਠੀਕ ਹੈ। ਤਾਂ ਦੇਖੋ ਸੀ ਆਪਸ਼ਨ ਪਹਿਲੇ ਨੰਬਰ 'ਤੇ ਕਿੱਥੇ ਆ ਰਹੀ ਹੈ? ਇੱਕੋ ਹੀ ਆਪਸ਼ਨ ਦੇ ਵਿੱਚ ਆ ਰਹੀ ਹੈ। ਸੋ ਇਹੀ ਕੀ ਹੋਏਗਾ ਆਪਣਾ ਕਰੈਕਟ ਆਂਸਰ ਹੋਏਗਾ। ਲਓ ਜੀ ਹੋ ਗਿਆ ਉਹ ਕੁਸ਼ਚਨ ਸੋਲਵ। ਤਾਂ ਸਭ ਤੋਂ ਪਹਿਲਾਂ ਕੌਣ ਆਉਂਦੇ ਨੇ? ਗੋਪੀ ਚੰਦ ਭਾਰਗਵ ਆਉਂਦੇ ਨੇ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਕੌਣ ਆਉਂਦੇ ਨੇ? ਪ੍ਰਤਾਪ ਸਿੰਘ ਕੈਰੋਂ ਆਉਂਦੇ ਨੇ। ਫਿਰ ਉਸ ਤੋਂ ਬਾਅਦ ਕੌਣ ਫਿਰ ਉਸ ਤੋਂ ਬਾਅਦ ਕੌਣ ਆਉਂਦੇ ਨੇ? ਭੀਮ ਸੇਨ ਸਚਾਰ।
ਠੀਕ ਹੈ ਜੀ। ਫਿਰ ਆਉਂਦੇ ਨੇ ਪ੍ਰਤਾਪ ਸਿੰਘ ਕੈਰੋਂ, ਔਰ ਉਸ ਤੋਂ ਬਾਅਦ ਆਉਂਦੇ ਨੇ ਬੇਅੰਤ ਸਿੰਘ ਜੀ, ਠੀਕ ਹੈ ਜੀ। ਸੋ ਇਹ ਇਸ ਦੀ ਕਰੈਕਟ ਕਰੋਨੋਲੋਜੀ ਸੀਗੀ। ਬਾਕੀ ਜੇ ਤੁਹਾਨੂੰ ਇਹ ਵੀ ਪਤਾ ਹੁੰਦਾ ਤਾਂ ਵੀ ਤੁਸੀਂ ਇਸਦਾ ਆਂਸਰ ਕਰ ਸਕਦੇ ਸੀ। ਜ਼ਰੂਰੀ ਨਹੀਂ ਸਾਰੀਆਂ ਚੀਜ਼ਾਂ ਯਾਦ ਹੋਣ, ਕੁਛ ਚੀਜ਼ਾਂ ਆਪਾਂ ਇੱਦਾਂ ਵੀ ਲੋਜਿਕਸ ਨੂੰ ਲਗਾ ਕੇ ਆਪਾਂ ਕੁਸ਼ਚਨ ਕਰ ਸਕਦੇ ਹਾਂ। ਲਓ ਜੀ, ਅਗਲਾ ਕੁਸ਼ਚਨ ਈਜ਼ੀ ਆ ਗਿਆ। ਦੇਖੋ ਰਿਪੀਟ ਹੋਇਆ, ਚਾਹੇ ਕੁਸ਼ਚਨ ਈਜ਼ੀ ਹੈ ਰਿਪੀਟ ਵੀ ਹੋ ਜਾਂਦਾ ਹੁੰਦਾ, ਠੀਕ ਹੈ। ਤਾਂ ਕੁਸ਼ਚਨ ਕੀ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਹਨਾਂ ਦੀ ਹੈ ਇਹ? ਓਬਵੀਅਸਲੀ ਅੰਮ੍ਰਿਤਾ ਪ੍ਰੀਤਮ, ਠੀਕ ਹੈ ਜੀ। ਚਲੋ ਅੱਗੇ ਗੱਲ ਕਰੀਏ। ਸਿੱਧ ਗੋਸ਼ਟ ਐਜ਼ ਅ ਕੰਪੋਜੀਸ਼ਨ ਆਫ ਵਿਚ ਆਫ ਦ ਫੋਲੋਇੰਗ ਗੁਰੂਸ, ਤਾਂ ਕਿਹੜੇ ਗੁਰੂ ਸਾਹਿਬਾਨ ਨਾਲ ਰਿਲੇਟਿਡ ਹੈ ਇਹ? ਗੁਰੂ ਨਾਨਕ ਦੇਵ ਜੀ। ਲਓ ਜੀ, ਹੂ ਅਮੰਗ ਦ ਫੋਲੋਇੰਗ ਇਜ਼ ਨੋਨ ਐਜ਼ ਦ ਫਾਦਰ ਆਫ ਪੰਜਾਬੀ ਡਰਾਮਾ? ਬੜਾ ਹੀ ਇੰਪੋਰਟੈਂਟ ਕੁਸ਼ਚਨ ਹੈ, ਨਵਾਂ ਜਿਹਾ ਕੁਸ਼ਚਨ ਹੈ, ਯਾਦ ਰੱਖਿਓ। ਇੱਦਾਂ ਹੀ ਤੁਹਾਨੂੰ ਜੀ ਕੇ ਹੋ ਗਿਆ, ਪੰਜਾਬੀ ਗਰਾਮਰ ਦੇ ਵਿੱਚ ਦਿੱਕਤਾਂ ਹੁੰਦੀਆਂ, ਕੰਪਿਊਟਰ ਦੇ ਵਿੱਚ ਹੁੰਦੀਆਂ, ਮੈਥ ਦੇ ਵਿੱਚ ਹੁੰਦੀਆਂ, ਕੋਈ ਦਿੱਕਤ ਵਾਲੀ ਗੱਲ ਨਹੀਂ। ਤੁਹਾਨੂੰ 2024, 2023, 2022, 2021 ਉਸ ਤੋਂ ਪਿਛਲੇ ਵਾਲੇ ਵੀ ਜਿਹੜੇ ਬਹੁਤ ਇੰਪੋਰਟੈਂਟ ਹੈ, ਇਹ ਸਾਰਿਆਂ ਦੀ ਕੰਬਾਈਨ PDF ਮਿਲਣ ਵਾਲੀ ਹੈ, ਔਰ ਸਿਰਫ ਬਿਲਕੁਲ ਨਾ ਮਾਤਰ ਪ੍ਰਾਈਜ਼ ਦੇ ਵਿੱਚ, ਠੀਕ ਹੈ ਜੀ। ਚਲੋ, ਤਾਂ ਫਾਦਰ ਆਫ ਪੰਜਾਬੀ ਡਰਾਮਾ ਕਿਹਨਾਂ ਨੂੰ ਕਿਹਾ ਜਾਂਦਾ ਹੈ? ਅਤੇ ਯਾਦ ਰੱਖਣਾ, ਈਸ਼ਵਰ ਚੰਦਰ ਨੰਦਾ, ਠੀਕ ਹੈ ਜੀ। ਈਸ਼ਵਰ ਚੰਦਰ ਨੰਦਾ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਪੰਜਾਬੀ ਡਰਾਮਾ। ਲਓ ਜੀ, ਇੱਕ ਕੁਸ਼ਚਨ ਔਖਾ, ਇੱਕ ਸੌਖਾ ਆ ਗਿਆ। ਤਾਂ ਵਟ ਵਾਜ ਕੋਮਾ ਗਾਟਾ ਮਾਰੂ? ਦੇਖੋ ਈਜ਼ੀ ਕੁਸ਼ਚਨ ਹੋਏ ਹਰ ਕੋਈ ਕਰ ਲੈਂਦਾ, ਆਪਾਂ ਔਖੇ ਵੀ ਕਰਨੇ, ਈਜ਼ੀ ਵੀ ਕਰਨੇ ਆ, ਆਪਾਂ ਲੈਣੀ ਹੈ ਸਿਲੈਕਸ਼ਨ, ਉਹ ਵੀ ਟੋਪ ਰੈਂਕ ਦੇ ਵਿੱਚ। ਚਲੋ, ਅਤੇ ਕੋਮਾ ਗਾਟਾ ਮਾਰੂ ਕੀ ਹੈ? ਅ ਨੇਵਲ ਸ਼ਿਪ ਔਨ ਵੋਯਾਜ ਟੂ ਇੰਡੀਆ। ਸਿੰਪਲ, ਪਤਾ ਆਪਾਂ ਨੂੰ ਇੱਕ ਸ਼ਿਪ ਸੀਗੀ ਕੋਮਾ ਗਾਟਾ ਮਾਰੂ, ਬਸ ਖਤਮ। The monument named the Flame of Liberty is associated with, ਦੇਖੋ ਨਵਾਂ ਜਿਹਾ ਕੁਸ਼ਚਨ ਹੈ, ਇੰਪੋਰਟੈਂਟ ਕੁਸ਼ਚਨ ਹੈ, ਔਰ ਰਿਪੀਟ ਵੀ ਹੋਇਆ ਇਹ ਕੁਸ਼ਚਨ ਦੁਬਾਰਾ, ਹੈ ਨਵਾਂ ਕੁਸ਼ਚਨ ਫਿਰ ਰਿਪੀਟ ਹੋਇਆ ਪਿਆ ਇਹ ਕੁਸ਼ਚਨ। ਲਓ ਜੀ, ਦ ਫਲੇਮ ਆਫ ਲਿਬਰਟੀ ਇਜ਼ ਐਸੋਸੀਏਟਿਡ ਵਿਦ, ਅਤੇ ਯਾਦ ਰੱਖਣਾ, ਜਲੀਆਂ ਵਾਲਾ ਬਾਗ ਮਸੈਕਰ। ਅਗਲਾ ਕੁਸ਼ਚਨ ਕੀ ਪੁੱਛ ਰਿਹਾ ਆਪਾਂ ਨੂੰ? ਹੂ ਅਮੰਗ ਦ ਫੋਲੋਇੰਗ ਕੰਪੋਜ਼ਡ ਦ ਬਛਿੱਤਰ ਨਾਟਕ? ਕੰਪੋਜੀਸ਼ਨਸ ਪੜ੍ਹ ਕੇ ਜਾਣਾ, ਗੁਰੂ ਨਾਨਕ ਦੇਵ ਜੀ ਦੀਆਂ ਵੀ, ਗੁਰੂ ਗੋਬਿੰਦ ਸਿੰਘ ਜੀ ਦੀਆਂ ਵੀ, ਬਹੁਤ ਹੀ ਇੰਪੋਰਟੈਂਟ ਹੈ, ਕੰਪੋਜੀਸ਼ਨ ਦੇ ਵਿੱਚੋਂ ਜਿਹੜਾ ਹੈਗਾ ਕੁਸ਼ਚਨ ਆ ਜਾਂਦਾ ਹੁੰਦਾ। ਤਾਂ ਬਛਿੱਤਰ ਨਾਟਕ ਇਹਨਾਂ ਦੀ ਹੈ ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ ਜੀ। ਚਲੋ, ਅਗਲਾ ਕੁਸ਼ਚਨ ਵੀ ਇੰਪੋਰਟੈਂਟ ਹੈ। ਹੂ ਅਮੰਗ ਦ ਫੋਲੋਇੰਗ ਬਿਕੇਮ ਦ ਫਸਟ ਵੂਮੈਨ, ਗੌਰ ਕਰੋ, ਫਸਟ ਵੂਮੈਨ ਟੂ ਵਿਨ ਸਾਹਿਤਯ ਅਕੈਡਮੀ ਅਵਾਰਡ? ਕੌਣ ਹੋ ਸਕਦੇ ਨੇ, ਅਤੇ ਕੌਣ ਨੇ ਇਹ? ਅੰਮ੍ਰਿਤਾ ਪ੍ਰੀਤਮ, ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ। ਵਿਚ ਆਫ ਦ ਫੋਲੋਇੰਗ ਇਜ਼ ਨੋਟ ਅ ਖਾਰਿਫ ਕ੍ਰੋਪ? ਦੇਖੋ ਖਾਰਿਫ ਅਤੇ ਰੇਬੀ ਵਾਲਾ ਕੁਸ਼ਚਨ ਨਾ ਆਉਂਦਾ ਹੀ ਆਉਂਦਾ ਹੁੰਦਾ, ਠੀਕ ਹੈ, ਔਰ ਕਾਫੀ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ, ਛੱਡ ਆਉਂਦੇ, ਛੱਡਣਾ ਨਹੀਂ ਹੈ, ਸੌਖਾ ਕੁਸ਼ਚਨ ਹੈ। ਚਲੋ, ਇਸ ਕੁਸ਼ਚਨ ਦਾ ਤਾਂ ਮੈਂ ਆਂਸਰ ਕਰਦੀ ਹਾਂ ਗ੍ਰਾਮ। ਇਹਦੇ ਨਾਲ ਨਾਲ ਮੈਨੂੰ ਹੁਣ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਖਾਰਿਫ ਕ੍ਰੋਪਸ ਕਿਹੜੀਆਂ ਕਿਹੜੀਆਂ ਨੇ ਔਰ ਰੇਬੀ ਕ੍ਰੋਪਸ ਕਿਹੜੀਆਂ ਨੇ, ਇਹ ਮੈਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ। ਵਿਚ ਡਿਸਟ੍ਰਿਕਟ ਆਫ ਪੰਜਾਬ ਹੈਜ਼ ਦ ਲਾਰਜੈਸਟ ਪਾਪੂਲੇਸ਼ਨ ਅਕੋਰਡਿੰਗ ਟੂ ਦ ਸੈਂਸਸ ਆਫ 2011? ਤਾਂ 2011 ਸੈਂਸਸ ਦੇ ਅਕੋਰਡਿੰਗ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਕਿਹੜੇ ਡਿਸਟ੍ਰਿਕਟ ਦੇ ਵਿੱਚ ਹੈ? ਅੱਜ ਵੀ ਉੱਥੇ ਹੀ ਹੈ, ਠੀਕ ਹੈ, ਕਿਹੜਾ ਹੈ ਇਹ?
ਹਾਂ ਆ ਗਿਆ ਹੋਣਾ ਯਾਦ, ਲੁਧਿਆਣਾ ਕਿਹੜਾ ਹੈ ਇਹ? ਲੁਧਿਆਣਾ, ਠੀਕ ਹੈ ਜੀ। ਬਈ ਅਗਲਾ ਕੁਸ਼ਚਨ ਤਾਂ ਜਿਹੜਾ ਹੈਗਾ ਬਿਨਾਂ ਆਪਸ਼ਨਾਂ ਤੋਂ ਆ ਜਾਣਾ ਚਾਹੀਦਾ। ਹੂ ਅਮੰਗ ਦ ਫੋਲੋਇੰਗ ਵਾਜ ਪਾਪੂਲਰਲੀ ਨੋਨ ਐਜ਼ ਪੰਜਾਬ ਕੇਸਰੀ? ਤਾਂ ਪੰਜਾਬ ਕੇਸਰੀ ਕਿਹਨਾਂ ਨੂੰ ਕਿਹਾ ਜਾਂਦਾ ਹੈ ਜੀ? ਤਾਂ ਉਹ ਕਿਹਾ ਜਾਂਦਾ ਲਾਲਾ ਲਾਜਪਤ ਰਾਏ ਜੀ ਨੂੰ। ਪਤਾ ਸੀ, ਬਹੁਤ ਅੱਛੀ ਗੱਲ ਹੈ। ਨਹੀਂ ਪਤਾ ਸੀ ਤਾਂ ਹੁਣ ਯਾਦ ਰੱਖਿਓ, ਹੈ ਨਾ, ਸਿੱਖੇ ਤਾਂ ਇਹ ਚੀਜ਼ਾਂ ਆਉਂਦੀਆਂ ਨੇ। ਚਲੋ ਜੀ, ਤਾਂ ਵਿੱਚ ਟਾਊਨ ਇਜ਼ ਨੋਨ ਐਜ਼ ਦ ਸਟੀਲ ਟਾਊਨ ਆਫ ਪੰਜਾਬ? ਤਾਂ ਸਟੀਲ ਟਾਊਨ ਆਫ ਪੰਜਾਬ ਕਿਹੜਾ ਹੈ ਜੀ? ਮੰਡੀ ਗੋਬਿੰਦਗੜ੍ਹ। ਦੇਖੋ ਇਸ ਤੋਂ ਇੱਕ ਹੋਰ ਵਰਡ ਹੈ, ਸਪੋਰਟਸ ਸਿਟੀ ਵੀ ਆ ਗਿਆ, ਸਟੀਲ ਟਾਊਨ ਵੀ ਆ ਗਿਆ, ਕਨਫਿਊਜ਼ ਨਹੀਂ ਹੋਣਾ। ਸਟੀਲ ਟਾਊਨ ਮੰਡੀ ਗੋਬਿੰਦਗੜ੍ਹ ਹੈ, ਸਪੋਰਟਸ ਵਾਸਤੇ ਫੇਮਸ ਹੈਗਾ ਜਲੰਧਰ, ਠੀਕ ਹੈ ਜੀ। ਚਲੋ ਅਗਲਾ ਕੁਸ਼ਚਨ ਕੀ ਕਹਿ ਰਿਹਾ? ਹੂ ਅਮੰਗ ਦ ਫੋਲੋਇੰਗ ਹੈਜ਼ ਰਿਟਨ ਦ ਮਹਾਨ ਕੋਸ਼? ਤਾਂ ਮਹਾਨ ਕੋਸ਼ ਕਿਹਨਾਂ ਦੀ ਹੈ ਜੀ? ਭਾਈ ਕਾਨ ਸਿੰਘ ਆਫ ਨਾਭਾ। ਯਾਦ ਰੱਖਿਓ, ਇੰਪੋਰਟੈਂਟ ਕੁਸ਼ਚਨ ਹੈ, ਬੇਸਿਕਲੀ ਸਾਰੇ ਹੀ ਕੁਸ਼ਚਨ ਇੰਪੋਰਟੈਂਟ ਹੈ, ਪ੍ਰੀਵੀਅਸ ਈਅਰ ਜੋ ਠਹਿਰੇ ਹੈ ਨਾ, ਅਤੇ ਰਿਪੀਟ ਵੀ ਹੋ ਜਾਂਦੇ ਹੁੰਦੇ ਆ, ਇਸ ਕਰਕੇ ਕੁਸ਼ਚਨ ਤਾਂ ਸਾਰੇ ਇੰਪੋਰਟੈਂਟ ਹੈ। ਇਹ ਵਾਲੇ ਨੂੰ ਵੀ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅੱਛਾ ਇਹ ਕੁਸ਼ਚਨ ਜਿਹੜਾ ਹੈ ਨਾ, ਇੰਨੀ ਕੁ ਵਾਰੀ ਆ ਚੁੱਕਾ ਹੈ, ਕਦੇ ਮੋਲਡ ਕਰਕੇ ਪਾ ਦੇਣਗੇ, ਠੀਕ ਹੈ। ਤਾਂ ਬੈਟਲ ਆਫ ਸਰਹੰਦ, ਇਹਦੇ ਕੁਸ਼ਚਨ ਦੇ ਵਿੱਚ ਹੀ ਦੋ ਤਿੰਨ ਆਨਸਰਸ ਨੇ, ਸੋ ਇਹ ਨਹੀਂ ਹੁੰਦਾ ਕਿ ਕੁਸ਼ਚਨ ਪੜ੍ਹ ਕੇ ਆਪਾਂ ਆਨਸਰ ਯਾਦ ਕਰ ਲਿਆ, ਨਹੀਂ, ਕੁਸ਼ਚਨ ਨੂੰ ਵੀ ਧਿਆਨ ਨਾਲ ਦੇਖੋ, ਕਈ ਵਾਰੀ ਮੋਲਡ ਕਰਕੇ ਦੇ ਦਿੰਦੇ ਨੇ। ਦੇਖੋ ਜੀ ਮੈਂ ਕੁਸ਼ਚਨ ਸਮਝਾਉਂਦੀ ਹਾਂ, ਤਾਂ ਬੈਟਲ ਆਫ ਸਰਹੰਦ ਬਿਟਵੀਨ ਬਾਬਾ ਬੰਦਾ ਸਿੰਘ ਬਹਾਦਰ ਐਂਡ ਵਜ਼ੀਰ ਖਾਨ ਫੋਟ ਨੀਅਰ ਛੱਪਰਚੀਰੀ ਇਨ, ਠੀਕ ਹੈ। ਹੁਣ ਰੁਕੋ, ਸੋਚੋ, ਧਿਆਨ ਦਿਓ, ਬੈਟਲ ਕਿਹੜੀ ਹੈ, ਬੈਟਲ ਦਾ ਨਾਮ ਕੀ ਹੈ? ਬੈਟਲ ਆਫ ਸਰਹੰਦ। ਕਿਹਨਾਂ ਦੇ ਵਿੱਚ ਹੋਈ? ਬਾਬਾ ਬੰਦਾ ਸਿੰਘ ਬਹਾਦਰ ਅਤੇ ਵਜ਼ੀਰ ਖਾਨ ਦੇ ਵਿੱਚ ਹੋਈ। ਇਹ ਵੀ ਪੁੱਛ ਸਕਦਾ, ਬਾਬਾ ਬੰਦਾ ਸਿੰਘ ਬਹਾਦਰ ਅਤੇ ਵਜ਼ੀਰ ਖਾਨ ਦੇ ਵਿੱਚ ਕਿਹੜੀ ਬੈਟਲ ਹੋਈ ਹੈ? ਬੈਟਲ ਆਫ ਸਰਹੰਦ। ਹੋਈ ਕਿੱਥੇ ਹੈ? ਇਹ ਵੀ ਦੇ ਦੇਣਗੇ, ਸਰਹੰਦ ਹੋਈ ਹੈ, ਦੋਨਾਂ ਦੇ ਵਿੱਚ ਹੋਈ ਹੈ, ਹੋਈ ਕਿੱਥੇ ਹੈ? ਚੱਪਰਚੀਰੀ। ਹੁਣ ਇਹ ਕੁਸ਼ਚਨ ਦੇ ਵਿੱਚ ਇਹਨਾਂ ਨੇ ਤਿੰਨੇ ਚੀਜ਼ਾਂ ਦੇ ਤੀਆਂ, ਪੁੱਛ ਕੀ ਲਿਆ? ਈਅਰ ਪੁੱਛ ਲਿਆ, ਅਤੇ ਯਾਦ ਰੱਖਣਾ 1710 ਦੇ ਵਿੱਚ। ਚਲੋ ਜੀ, ਵਿੱਚ ਡਿਸਟ੍ਰਿਕਟ ਆਫ ਪੰਜਾਬ ਹੈਜ਼ ਦ ਹਾਈਐਸਟ ਲਿਟਰੇਸੀ ਰੇਟ? ਹੁਣ ਇਹਨੂੰ ਯਾਦ ਕਰਨ ਦੀ ਇੱਕ ਟ੍ਰਿਕ ਦੇ ਦਾ, ਲਓ ਜੀ। ਤਾਂ ਹਾਈਐਸਟ ਲਿਟਰੇਸੀ ਯਾਨੀ ਕਿ ਪੜ੍ਹੇ ਲਿਖੇ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੁੰਦੇ, ਕੀ ਹੁੰਦੇ ਆ? ਹੁਸ਼ਿਆਰ ਹੁੰਦੇ ਆ। ਸੋ ਇਹਦਾ ਆਨਸਰ ਵੀ ਕੀ ਹੈ? ਹੁਸ਼ਿਆਰ ਹੈ। ਦੇਖੋ ਜੀ, ਤਾਂ ਜੇ ਪੁੱਛਿਆ ਜਾਏ ਹਾਈਐਸਟ ਲਿਟਰੇਸੀ ਰੇਟ ਪੜ੍ਹਿਆ ਲਿਖਿਆ ਡਿਸਟ੍ਰਿਕਟ, ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਕਿੱਥੇ ਮਿਲਦੇ ਨੇ? ਹੁਸ਼ਿਆਰਪੁਰ ਦੇ ਵਿੱਚ ਮਿਲਦੇ ਨੇ, ਇਹਦੇ ਤਾਂ ਨਾਮ ਦੇ ਵਿੱਚ ਹੀ ਹੁਸ਼ਿਆਰ ਹੈ। ਚਲੋ ਅਗਲਾ ਕੁਸ਼ਚਨ ਆ ਗਿਆ ਜੀ, ਲਿਟਰੇਸੀ ਰੇਟ। ਲਓ ਤੁਹਾਨੂੰ ਹੋਮਵਰਕ ਦਿੰਦੀ ਹਾਂ ਮੈਂ, ਔਰ ਵੀਡੀਓ ਰੋਕ ਕੇ ਹੁਣੇ ਹੀ ਕਮੈਂਟ ਕਰੋ, ਠੀਕ ਹੈ ਜੀ। ਤਾਂ ਮੇਲ ਲਿਟਰੇਸੀ ਰੇਟ ਹੋ ਗਿਆ, ਫੀਮੇਲ ਲਿਟਰੇਸੀ ਰੇਟ ਹੋ ਗਿਆ, ਅਤੇ ਲਿਟਰੇਸੀ ਰੇਟ ਆਫ ਪੰਜਾਬ। ਇਹ ਤਿੰਨ ਕੁਸ਼ਚਨਾਂ ਦਾ ਆਨਸਰ ਮੈਨੂੰ ਹੁਣੇ ਹੁਣੇ ਕਮੈਂਟ ਬਾਕਸ ਦੇ ਵਿੱਚ ਦੱਸੋ, ਔਰ ਜਿਨ੍ਹਾਂ ਦਾ ਆਨਸਰ ਕਰੈਕਟ ਹੋਏਗਾ ਉਹਨਾਂ ਉਸ ਕਮੈਂਟ ਨੂੰ ਮੈਂ ਪਿੰਨ ਵੀ ਕਰ ਦੂੰਗੀ ਔਰ ਲਾਈਕ ਵੀ ਕਰ ਦੂੰਗੀ। ਚਲੋ ਜੀ, ਤਾਂ ਅਗਲਾ ਕੁਸ਼ਚਨ ਕੀ ਹੈ? ਵਿੱਚ ਸਿੱਖ ਗੁਰੂ ਸਟਾਰਟਡ ਦ ਆਨੰਦ ਕਾਰਜ ਐਜ਼ ਅ ਮੈਰਿਜ ਸੈਰੇਮਨੀ ਫੋਰ ਸਿੱਖ ਰਿਪਲੇਸਿੰਗ ਹਿੰਦੂ ਫੋਰਮ? ਅਤੇ ਕਿਹੜੇ ਗੁਰੂ ਸਾਹਿਬਾਨ ਨੇ ਸਟਾਰਟ ਕੀਤੀ ਸੀ? ਯਾਦ ਰੱਖਿਓ, ਗੁਰੂ ਅਮਰਦਾਸ ਜੀ, ਬਿਲਕੁਲ। ਚਲੋ ਬਈ, ਅਗਲਾ ਕੁਸ਼ਚਨ ਆ ਗਿਆ, ਤਾਂ ਟ੍ਰੀਟੀ ਆਫ ਅੰਮ੍ਰਿਤਸਰ ਵਾਜ਼ ਕੰਕਲੂਡਿਡ ਇਨ ਵਿਚ ਈਅਰ? 1809 ਦੇ ਵਿੱਚ।
ਯਾਦ ਰੱਖਿਓ ਟ੍ਰੀਟੀ ਆਫ ਅੰਮ੍ਰਿਤਸਰ 1809 ਇੰਪੋਰਟੈਂਟ ਹੈ ਜੀ। ਅਗਲਾ ਕੁਸ਼ਚਨ ਦੇਖੋ, ਹੂ ਹੈਡ ਬੀਨ ਦ ਫਾਊਂਡਰ ਆਫ ਭਗਤੀ ਮੂਵਮੈਂਟ ਇਨ ਪੰਜਾਬ। ਕੁਸ਼ਚਨ ਇਹ ਦੇ ਦੇਣਗੇ, ਨਾਲ ਆਪਸ਼ਨਾਂ ਪਤਾ ਕੀ ਦੇ ਦੇਣਗੇ, ਰਾਮਾਨੰਦ ਹੋ ਗਿਆ, ਰਾਮਾਨੁਜਾਚਾਰਿਆ ਹੋ ਗਿਆ, ਠੀਕ ਹੈ, ਗੁਰੂ ਨਾਨਕ ਦੇਵ ਜੀ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਹੋ ਗਿਆ। ਤਾਂ ਇੱਥੇ ਤਾਂ ਚਲੋ ਆਪਸ਼ਨਾਂ ਦੇ ਵਿੱਚੋਂ ਦੇਖ ਕੇ ਤੁਹਾਨੂੰ ਸਮਝ ਆ ਜਾਏਗਾ ਇਹਦਾ ਕਰੈਕਟ ਆਂਸਰ ਕੀ ਹੈ, ਗੁਰੂ ਨਾਨਕ ਦੇਵ ਜੀ। ਬਟ ਉਸ ਟਾਈਮ ਜੇ ਇਗਜ਼ਾਮੀਨਰ ਨੇ ਆਪਸ਼ਨਸ ਨੂੰ ਮੋਲਡ ਕਰਕੇ ਦਿੱਤਾ, ਆਪਾਂ ਆਪਣੇ ਹੀ ਸਟੈਂਡ 'ਤੇ ਰਹਿਣਾ, ਭਗਤੀ ਮੂਵਮੈਂਟ ਇਨ ਪੰਜਾਬ has been founded by Guru Nanak Dev Ji. ਹੁਣ ਆਹ ਕੁਸ਼ਚਨ ਹੈ ਨਾ ਜਿਹੜਾ ਬੱਚੇ ਗਲਤੀ ਕਰਦੇ ਹੁੰਦੇ ਆ, ਰੁਕੋ ਧਿਆਨ ਨਾਲ ਸੋਚੋ, ਕਾਹਲੀ ਕਾਹਲੀ ਦੇ ਵਿੱਚ ਕੀ ਹੁੰਦਾ, ਇਗਜ਼ਾਮ ਦੇ ਵਿੱਚ ਪ੍ਰੈਸ਼ਰ ਇੰਨਾ ਹੁੰਦਾ, ਟਾਈਮ ਵੀ, ਹਾਂ ਮੈਂ ਇਹ ਵੀ ਕਰਨਾ, ਇਹ ਵੀ ਕਰਨਾ, ਆਰਾਮ ਨਾਲ ਬੈਠ ਕੇ ਜਦੋਂ ਵੀ ਤੁਹਾਨੂੰ ਇੱਦਾਂ ਦੇ ਕੁਸ਼ਚਨ ਆਉਣ, ਅਤੇ ਇਹ ਕੁਸ਼ਚਨ ਨੂੰ ਕਦੇ ਵੀ ਅੱਧਾ ਨਹੀਂ ਪੜ੍ਹਨਾ। ਪਹਿਲਾਂ ਤਾਂ ਮੱਥ ਲਓ ਕਿ ਕੁਸ਼ਚਨ ਅੱਧਾ ਪੜ੍ਹਨਾ ਹੀ ਨਹੀਂ, ਪੂਰਾ ਪੜ੍ਹਨਾ। ਤਾਂ ਹੂ ਐਕਸਕਵੇਟਿਡ ਦਾ ਹੜੱਪਨ ਰਿਮੇਨਸ, ਹੁਣ ਬੱਚੇ ਕੀ ਕਰਦਾ, ਹੜੱਪਨ ਪੁੱਛਿਆ ਜੀ, ਹੜੱਪਨ ਰਿਮੇਨ, ਹੜੱਪਾ ਕਿਹਨੇ ਕੱਢੀ ਸੀ, ਆਪਸ਼ਨ 'ਚ ਦੇਖਿਆ ਦਇਆ ਰਾਮ ਸਾਹਨੀ ਆ ਗਏ ਜੀ, ਲਓ ਜੀ ਇਹ ਕਰੈਕਟ ਆਂਸਰ ਹੈ। ਨਹੀਂ, ਇੱਦਾਂ ਨਹੀਂ ਕਰਨਾ। ਹਾਂ, ਹੜੱਪਾ ਨੂੰ ਜਿਹੜਾ ਹੈ ਦਇਆ ਰਾਮ ਸਾਹਨੀ ਜੀ ਨੇ ਐਕਸਕਵੇਟ ਕੀਤਾ ਸੀਗਾ, ਬਿਲਕੁਲ ਠੀਕ ਹੈ, 1921 ਦੇ ਵਿੱਚ ਕੀਤਾ ਸੀਗਾ। ਖੇੜੀ ਰਿਵਰ 'ਤੇ ਇਹ ਹੜੱਪਾ, ਇਹ ਵੀ ਦੱਸ ਦਿੰਦੇ ਆਪਾਂ, ਰਾਵੀ ਰਿਵਰ 'ਤੇ ਹੁਣ ਆ ਹੀ ਗਏ, ਅਤੇ ਦੋ ਫੈਕਟ ਹੋਰ ਸੀ, ਠੀਕ ਹੈ। ਚਲੋ ਕੁਸ਼ਚਨ ਕੀ ਪੁੱਛ ਰਿਹਾ, ਵਾਪਸ ਆਓ, ਕੁਸ਼ਚਨ ਦੀ ਫਾਰਮੇਸ਼ਨ ਨੂੰ ਸਮਝੋ। ਕੁਸ਼ਚਨ ਇਹ ਨਹੀਂ ਪੁੱਛ ਰਿਹਾ ਹੜੱਪਾ ਕਿਹਨੇ ਐਕਸਕਵੇਟ ਕੀਤਾ, ਕੁਸ਼ਚਨ ਤੁਹਾਨੂੰ ਕੀ ਪੁੱਛ ਰਿਹਾ ਹੈ ਜੀ, ਕਿ ਹੜੱਪਨ ਰਿਮੇਨਸ ਐਟ ਰੂਪਨਗਰ ਆਫ ਪੰਜਾਬ, ਹੜੱਪਨ ਰਿਮੇਨਸ ਐਟ ਰੂਪਨਗਰ ਆਫ ਪੰਜਾਬ, ਉਹ ਕਿਹਨਾਂ ਨੇ ਕੱਢਿਆ ਸੀ, ਅਤੇ ਯਾਦ ਰੱਖਣਾ ਵਾਈ ਡੀ ਸ਼ਰਮਾ ਸੀਗੇ। ਇਕੱਲੀ ਹੜੱਪਾ ਦੀ ਗੱਲ ਹੋਏ ਤਾਂ ਦਇਆ ਰਾਮ ਸਾਹਨੀ ਹੈ, ਰੂਪਨਗਰ ਅਤੇ ਵਾਈ ਡੀ ਸ਼ਰਮਾ ਹੈ, ਠੀਕ ਹੈ ਜੀ। ਹੋਰ ਇਹਦੇ ਨਾਲ ਇੱਕ ਹੋਰ ਚੀਜ਼ ਦੱਸ ਦਿੰਦੀ ਹਾਂ ਤੁਹਾਨੂੰ, ਹੁਣ ਆ ਹੀ ਗਏ ਹਾਂ ਅਤੇ ਇਸ 'ਤੇ ਮੋਹਨਜੋਦਾਰੋ ਵੀ ਦੱਸ ਦਿਉ, ਠੀਕ ਹੈ। ਤਾਂ ਉਹ ਕਿਹਨਾਂ ਦੇ ਦੁਆਰਾ ਕੱਢਿਆ ਗਿਆ ਸੀਗਾ, ਤਾਂ ਆਰ ਡੀ ਬੈਨਰਜੀ ਦੇ ਦੁਆਰਾ। ਦੇਖੋ ਹੜੱਪਾ 1921 ਦੇ ਵਿੱਚ ਸੀ ਨਾ, 1922 ਦੇ ਵਿੱਚ ਹੜੱਪਾ ਕਿਸ 'ਤੇ ਸੀ, ਰਾਵੀ ਰਿਵਰ 'ਤੇ। ਔਰ ਇਹ ਵੀ ਕੁਸ਼ਚਨ ਆਇਆ ਹੋਇਆ ਹੜੱਪਾ ਕਿਹੜੀ ਰਿਵਰ 'ਤੇ ਆ, ਲਓ ਇਹਦੇ ਨਾਲ ਮੈਂ ਤੁਹਾਨੂੰ ਮੋਹਨਜੋਦਾਰੋ ਵੀ ਦੱਸ ਦਿੰਦੀ ਹਾਂ, ਇਹ ਕਿਹੜੀ ਰਿਵਰ 'ਤੇ ਹੈ ਜੀ, ਇੰਡਸ ਰਿਵਰ 'ਤੇ। ਚਲੋ ਜੀ, ਸੋ ਇਹ ਹੋ ਜਾਂਦੇ ਨੇ ਕੁਛ ਤੁਹਾਡੇ ਐਕਸਟਰਾ ਫੈਕਟਸ ਵੀ ਕਲੀਅਰ। ਅੱਗੇ ਆਉਂਦੇ ਹਾਂ ਆਪਾਂ ਆਪਣੇ ਕੁਸ਼ਚਨ 'ਤੇ। ਤਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦ ਹੋਲੀ ਸਿੱਖ ਪਿਲਗ੍ਰੀਮੇਜ, ਬਹੁਤ ਇੰਪੋਰਟੈਂਟ ਕੁਸ਼ਚਨ ਹੈ, ਇਜ਼ ਲੋਕੇਟਿਡ ਔਨ ਦ ਬੈਂਕ ਆਫ ਵਿਚ ਰਿਵਰ। ਲਓ ਜੀ, ਹਜ਼ੂਰ ਸਾਹਿਬ ਨਹੀਂ ਗਏ ਤਾਂ ਜਾ ਕੇ ਉਹ ਬਹੁਤ ਅੱਛਾ ਬਣਿਆ ਹੋਇਆ, ਕਿਹੜੀ ਰਿਵਰ 'ਤੇ ਹੈ, ਹੁਣ ਕੁਸ਼ਚਨ ਆਇਆ ਆਪਣੇ ਲਈ, ਤਾਂ ਕੁਸ਼ਚਨ ਵੀ ਇੰਪੋਰਟੈਂਟ ਹੈ, ਨੌਕਰੀ ਲੱਗੋ ਤਾਂ ਜਾ ਕੇ ਆਓ। ਤਾਂ ਦੇਖੋ ਜੀ, ਤਾਂ ਕਰੈਕਟ ਆਂਸਰ ਕੀ ਹੈ, ਗੋਦਾਵਰੀ। ਤਾਂ ਗੋਦਾਵਰੀ ਨਦੀ ਦੇ ਕੰਢੇ 'ਤੇ ਹੈ ਹਜ਼ੂਰ ਸਾਹਿਬ। ਹੋਮਵਰਕ ਦੇ ਦਈਏ, ਚਲੋ ਮੈਂ ਦੱਸ ਦਿੰਦੀ ਹਾਂ, ਗੋਦਾਵਰੀ ਵੈਸੇ ਮੈਂ ਪੁੱਛਣ ਲੱਗੀ ਸੀ ਕਿੱਥੋਂ ਨਿਕਲਦੀ ਹੈ, ਦੱਸ ਦਿੰਦੇ ਹਾਂ। ਚਲੋ, ਤ੍ਰਿੰਬਕੇਸ਼ਵਰ ਦੇ ਵਿੱਚੋਂ ਗੋਦਾਵਰੀ ਨਿਕਲਦੀ ਹੈ, ਠੀਕ ਹੈ ਜੀ, ਲਓ ਯਾਦ ਰੱਖਿਓ ਇਹ ਵੀ। ਸੋ ਅੱਜ ਦੀ ਵੀਡੀਓ ਨੂੰ ਜਿਹੜਾ ਹੈ ਇੱਥੇ ਤੱਕ ਹੀ ਰੱਖਾਂਗੇ, ਬਾਕੀ ਤੁਸੀਂ ਉਸ 'ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ, ਐਪ ਦੇ ਵਿੱਚ ਜਿਹੜੇ ਹੋਰ ਕੋਰਸਿਸ ਹੈ ਅਵੇਲ ਕਰ ਸਕਦੇ ਹੋ ਜੀ। ਪ੍ਰੀਵੀਅਸ ਈਅਰ ਜਿਹੜੇ ਤੁਹਾਨੂੰ ਸਿਰਫ ਪੰਜਾਬ ਜੀ ਕੇ ਨਹੀਂ, ਦੁਬਾਰਾ ਫਿਰ ਤੋਂ ਦੱਸ ਰਹੀ ਹਾਂ, ਜੀ ਕੇ, ਪੰਜਾਬ ਜੀ ਕੇ, ਪੰਜਾਬੀ ਗ੍ਰੈਮਰ, ਮੈਥ, ਰੀਜਨਿੰਗ, ਕੰਪਿਊਟਰ, ਇੰਗਲਿਸ਼, ਇਹ ਸਾਰੇ ਸਬਜੈਕਟ ਮਿਲਣਗੇ, ਸਾਰੇ, ਕੋਈ ਐਕਸਟਰਾ ਕੋਸਟ ਨਹੀਂ ਹੈਗੀ, ਸਾਰੇ ਦੇ ਸਾਰੇ ਸਬਜੈਕਟਾਂ ਦੀ PDF ਜਿਹੜੀ ਹੈ ਤੁਹਾਨੂੰ ਮਿਲੇਗੀ, ਸਿਰਫ ਔਰ ਸਿਰਫ 111 ਰੁਪਏ ਦੇ ਵਿੱਚ।
ਠੀਕ ਹੈ ਜੀ, ਹੋਪ ਤੁਹਾਨੂੰ ਸਮਝ ਆਇਆ ਹੋਏਗਾ। ਥੈਂਕ ਯੂ ਸੋ ਮਚ। ਬਾਕੀ ਕੋਈ ਵੀ ਕੁਛ ਵੀ ਸੁਜੈਸ਼ਨ ਹੋਏ, ਕੁਛ ਵੀ ਦੱਸਣਾ ਹੋਏ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਥੈਂਕ ਯੂ ਸੋ ਮਚ।